ਪਹੁੰਚ ਗਏ ਜੀ ਇੱਕ ਨਵੀਂ ਜਗ੍ਹਾ ਦੇ ਉੱਤੇ ਤੁਹਾਡੇ। ਇਹ ਜੀ ਜਪਾਨ ਸੈਂਟਰ ਸ਼ਿੰਗਾਰਿਆ ਹੋਇਆ ਹੈਗਾ, ਲੋਕਾਂ ਦਾ ਪੂਰਾ ਇਕੱਠ ਹੋ ਗਿਆ ਸ਼ਾਮ ਨੂੰ। ਉਧਰਲੀ ਸਾਈਡ ਵੀ ਆਪਾਂ ਲੈ ਕੇ ਜਾਵਾਂਗੇ ਵੀ ਕਾਰਡਲੀ ਸਰਕਸ, ਮਾਹੌਲ ਸਿਰਜਿਆ ਪਿਆ ਲੋਕਾਂ ਨੇ, ਲੋਕੇਸ਼ਨ ਬਹੁਤ ਸੋਹਣੀ, ਡਾਂਸ ਚੱਲ ਪਿਆ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਘੁੰਮਦੇ ਘੁੰਮਦਿਆਂ ਨੂੰ ਆਪਾਂ ਨੂੰ ਹੋ ਗਈ ਆ ਸ਼ਾਮ, ਅਤੇ ਸ਼ਾਮ ਹੁੰਦੇ ਹੁੰਦੇ ਆਪਾਂ ਪਹੁੰਚ ਗਏ ਜੀ ਇੱਕ ਨਵੀਂ ਜਗ੍ਹਾ ਦੇ ਉੱਤੇ ਤੁਹਾਡੇ ਸਾਰਿਆਂ ਲਈ ਨਵੀਂ ਵੀਡੀਓ ਲੈ ਕੇ। ਆਪਾਂ ਪਹੁੰਚੇ ਜੀ ਜਪਾਨ ਸੈਂਟਰ, ਇੱਥੇ ਇੱਕ ਜਪਾਨ ਸੈਂਟਰ ਬਣਿਆ ਜਿਹੜਾ ਮੇਰੇ ਬਿਲਕੁਲ ਸਾਹਮਣੇ ਆ, ਮੈਂ ਤੁਹਾਨੂੰ ਦਿਖਾ ਰਿਹਾ। ਇਹ ਹੈ ਜੀ ਜਪਾਨ ਸੈਂਟਰ, ਇੱਕ ਰੈਸਟੋਰੈਂਟ ਹੈਗਾ ਜਿੱਥੇ ਜੈਪਨੀਜ਼, ਕੋਰੀਅਨ ਅਤੇ ਹੋਰ ਕਈ ਤਰੀਕੇ ਦੀਆਂ ਚਾਈਨੀਜ਼ ਚੀਜ਼ਾਂ ਨੇ ਜਿਹੜੀਆਂ ਮਿਲਦੀਆਂ ਨੇ। ਅੰਦਰੋਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਲਾਈਟਨਿੰਗ ਵਗੈਰਾ ਕਰੀ ਹੋਈ ਹੈਗੀ, ਦੇਖੋ ਕਿੱਦਾਂ ਬੈਲੂਨਸ ਦੇ ਵਿੱਚ ਲਾਈਟਾਂ ਲਾ ਲਾ ਕੇ ਕਿੰਨਾ ਵਧੀਆ। ਆਹ ਦੇਖੋ ਨਿਊਡਲਸ ਇੱਦਾਂ ਕੁੱਕ ਹੁੰਦੀਆਂ ਨੇ, ਰਾਈਟ। ਅਤੇ ਆਪਾਂ ਚੱਲੇ ਹਾਂ ਜੀ ਹੁਣ ਤੁਹਾਨੂੰ ਇੱਕ ਹੋਰ ਜਗ੍ਹਾ ਦੇ ਉੱਤੇ ਲੈ ਕੇ ਦਿਖਾਉਂਦੇ ਹਾਂ ਤੁਹਾਨੂੰ, ਸਿਰਫ ਇੱਕ ਅੱਧੇ ਮਿੰਟ ਦੇ ਵਿੱਚ ਲੈ ਚੱਲੇ ਹਾਂ ਜੀ ਤੁਹਾਨੂੰ ਲੰਡਨ ਦੀਆਂ ਸੜਕਾਂ ਦੇ ਉੱਤੇ ਦੁਬਾਰਾ ਇੱਕ ਨਵੀਂ ਸ਼ਾਮ ਅਤੇ ਇੱਕ ਨਵੀਂ ਵੀਡੀਓ ਦੇ ਨਾਲ। ਦੇਖੋ ਫੁੱਲ ਹਰ ਜਗ੍ਹਾ ਦੇ ਉੱਤੇ ਲਾਏ ਹੋਏ ਆ, ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਸ਼ਿੰਗਾਰਿਆ ਹੋਇਆ ਹੈਗਾ। ਦੇਖੋ ਕਿੰਨਾ ਹਸਲਣ ਬਸਲਾ, ਇੱਥੇ ਇੱਕ ਸ਼ੋਅ ਵੀ ਚੱਲ ਰਿਹਾ ਹੈਗਾ, ਇੱਥੇ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ। ਦੇਖੋ ਜੀ ਕਿੰਨਾ ਸੋਹਣਾ ਮਾਹੌਲ ਸ਼ਾਮ ਦਾ ਬਣਿਆ ਹੋਇਆ ਹੈਗਾ, ਇੱਥੇ ਕਿੰਨੀ ਸੋਹਣੀ ਸਟਰੀਟ ਹੈਗੀ ਦੇਖੋ। ਸਿਰਾ ਲੱਗਿਆ ਪਿਆ ਹੈਗਾ ਇੱਥੇ ਪੂਰਾ। ਉੱਧਰ ਸਾਹਮਣੇ ਇੱਕ ਸ਼ੋਅ ਚੱਲ ਰਿਹਾ, ਤੁਹਾਨੂੰ ਦਿਖਾਉਂਦੇ ਹਾਂ ਇਸ ਤਰੀਕੇ ਦਾ ਮਾਹੌਲ ਆ ਜਿਹੜਾ ਇੱਥੇ ਬਣਿਆ ਹੋਇਆ। ਲੋਕਾਂ ਦਾ ਪੂਰਾ ਇਕੱਠ ਹੋ ਗਿਆ ਸ਼ਾਮ ਨੂੰ, ਮਾਹੌਲ ਹੋ ਗਿਆ ਗਰਮ ਪੂਰਾ, ਪਾਰਟੀ ਲੋਕਾਂ ਨੇ ਕਰਨੀ ਕਰਤੀ ਹੈ ਸ਼ੁਰੂ, ਅਤੇ ਤੁਸੀਂ ਵੀ ਹੋ ਜਾਓ ਰੈਡੀ ਸੋਹਣੀਆਂ ਸੋਹਣੀਆਂ ਲੋਕੇਸ਼ਨਸ ਦੇਖਣ ਲਈ। ਫੁੱਲਾਂ ਨਾਲ ਭਰਤਾ ਕਹਿੰਦੇ ਮੁੰਡੇ ਨੇ ਗੇਟ ਨੂੰ। ਮੈਂ ਕਹਿੰਦਾ ਲੋਕਾਂ ਨੇ ਪੂਰਾ ਇਕੱਠ ਕਰਕੇ ਨਾ ਪੂਰਾ ਮਾਹੌਲ ਨੂੰ ਪੂਰਾ ਰੰਗੀਨ ਕੀਤਾ ਪਿਆ ਹੈਗਾ, ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ। ਥੋੜ੍ਹਾ ਜਿਹਾ ਚਾਨਣ ਪੈ ਰਿਹਾ ਵੀਡੀਓ ਦੇ ਵਿੱਚ ਆਪਣੀ ਦੇ ਵਿੱਚ, ਅਤੇ ਤੁਹਾਨੂੰ ਮੈਨੂੰ ਲੱਗਦਾ ਕਿ ਵਿਊ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੋਣੀ ਆ ਦੇਖਣ ਦੇ ਵਿੱਚ, ਪਰ ਮੈਂ ਜਾ ਹੀ ਇੱਧਰ ਨੂੰ ਰਹਿਗਾ ਹੁਣ ਰਿਟਰਨ 'ਚ। ਆਪਾਂ ਤੁਹਾਨੂੰ ਜਿਹੜੇ ਪਾਸੇ ਮਿਊਜ਼ੀਕਲ ਸ਼ੋਅ ਚੱਲ ਰਿਹਾ ਸੀਗਾ ਉੱਧਰਲੀ ਸਾਈਡ ਵੀ ਆਪਾਂ ਲੈ ਕੇ ਜਾਵਾਂਗੇ, ਅਤੇ ਦਿਖਾਵਾਂਗੇ ਆਪਾਂ ਤੁਹਾਨੂੰ ਕਿਸ ਤਰੀਕੇ ਦਾ ਜਿਹੜਾ ਮਿਊਜ਼ੀਕਲ ਸ਼ੋਅ ਆ ਉਹ ਚੱਲ ਰਿਹਾ ਹੈਗਾ। ਦੇਖੋ ਕਿੰਨਾ ਜ਼ਿਆਦਾ ਇਕੱਠ ਆ ਜਿਹੜਾ ਹੋਇਆ ਪਿਆ। ਕਿੱਥੇ ਆ ਗਏ ਜੀ ਆਪਾਂ, ਯਾਦ ਕਰੋ ਆਪਾਂ ਪਹਿਲਾਂ ਵੀ ਆਏ ਸੀ ਇੱਥੇ। ਆਪਾਂ ਪਹੁੰਚ ਚੁੱਕੇ ਹਾਂ ਜੀ ਦੁਬਾਰਾ ਪਿਕਾਰਡਲੀ ਸਰਕਸ, ਜਿਹੜਾ ਨਿਊਯਾਰਕ ਦੇ ਟਾਈਮ ਸਕੇਅਰ ਵਾਂਗੂ ਆ। ਜੇ ਇੱਥੇ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਚੱਲਦੀ ਹੁੰਦੀ ਤਾਂ ਸਵਾਦ ਆ ਜਾਂਦਾ। ਜੇ ਮੈਨੂੰ ਪਤਾ ਹੁੰਦਾ ਨਾ ਇਹਨਾਂ ਦਾ ਆਫਿਸ ਕਿੱਥੇ ਹੈਗਾ ਤਾਂ ਇੱਥੇ ਇੱਕ ਵਾਰੀ ਚਲਾਹ ਜ਼ਰੂਰ ਦੇਣੀ ਸੀ ਆਪਾਂ, ਇਹ ਟ੍ਰਿਬਿਊਟ ਆ ਮੂਸੇਵਾਲੇ ਨੂੰ। ਮੌਸਮ ਹੀ ਬੜਾ ਸੋਹਣਾ ਗਾ ਇੱਥੇ,
ਪੂਰਾ ਮਾਹੌਲ ਸਿਰਜਿਆ ਪਿਆ ਲੋਕਾਂ ਨੇ ਇਕੱਠ ਕਰਕੇ। ਲੋਕੇਸ਼ਨ ਬਹੁਤ ਸੋਹਣੀ ਹੈਗੀ, ਝੰਡੇ ਦੇਖੋ ਲੱਗੇ ਕਿੰਨੇ ਸੋਹਣੇ ਲੱਗਦੇ ਨੇਗੇ, ਬਿਲਡਿੰਗਾਂ ਇੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ। ਬਹੁਤ ਤਰੀਕੇ ਦੇ ਜਿਹੜੇ ਟੂਰਿਸਟ ਨੇਗੇ ਇੱਥੇ ਆਏ ਹੋਏ ਨੇ, ਵਿਜ਼ਿਟਰਸ ਨੇਗੇ, ਤੁਸੀਂ ਵੀ ਸਾਰੇ ਜਣੇ ਆਓ। ਆਪਾਂ ਉਸ ਦਿਨ ਇਧਰਲੀ ਸਾਈਡ ਤੋਂ ਆਏ ਸੀਗੇ ਅਤੇ ਅੱਜ ਆਪਾਂ ਦੂਸਰੀ ਸਾਈਡ ਤੋਂ ਆਏ ਹਾਂਗੇ। ਆਪਾਂ ਜਿੱਥੋਂ ਵੀਡੀਓ ਸਟਾਰਟ ਕੀਤੀ ਸੀ ਜੈਪਨ ਵਾਲੀ, ਜਿੱਥੇ ਤੁਹਾਨੂੰ ਦੱਸਿਆ ਸੀਗਾ ਉੱਥੇ ਫੂਡ ਵਗੈਰਾ ਮਿਲਦਾ ਹੈਗਾ, ਰੈਸਟੋਰੈਂਟ ਹੈਗਾ, ਉਹ ਟੌਰਕ ਸਕੇਅਰ ਵੱਜਦਾ ਹੈਗਾ। ਉੱਥੇ ਇੱਕ ਜਪਾਨੀਆਂ ਦਾ ਗੇਟ ਵੀ ਬਣਾਇਆ ਹੋਇਆ ਹੈਗਾ ਅਤੇ ਉਹ ਗੇਟ ਦੇ ਤੁਹਾਨੂੰ ਦਰਸ਼ਨ ਆ ਜਾਂ ਦੀਦਾਰ ਆ ਉਹ ਵੀ ਮੈਂ ਜ਼ਰੂਰ ਕਰਾ ਕੇ ਲੈ ਕੇ ਆਊਂਗਾ। ਲੋਕੇਸ਼ਨ ਬਹੁਤ ਸੋਹਣੀ ਆ ਰਹੀ ਆ, ਬਹੁਤ ਸੋਹਣੀ ਆ ਰਹੀ ਆ। ਅਤੇ ਕਾਟਲੀ ਸਕੇਅਰ ਦੇ ਉੱਤੇ ਡਾਂਸ ਚੱਲ ਪਿਆ ਜੀ, ਲੋਕਾਂ ਦਾ ਇਕੱਠ ਹੋ ਗਿਆ, ਪੂਰਾ ਮਾਹੌਲ ਹੋ ਗਿਆ ਗਮਗੀਨ।
Thank you so much. Thank you. Thank you. Thank you.